ਇਹ 26 ਜਨਵਰੀ ਦੇ ਸੰਬੰਧ ਵਿੱਚ ਮਿਤੀ 24/1/19 ਨੂੰ ਵਕਤ ਕਰੀਬ 8:15 ਦੇ ਉੱਤੇ ਚੈਕਿੰਗ ਕਰ ਰਹੇ ਸੀ ਰੇਲਵੇ ਸਟੇਸ਼ਨ ਪਲੇਟਫਾਰਮ ਨੰਬਰ 6-7 'ਤੇ। ਉੱਥੋਂ ਪੁਲ ਦੇ ਥੱਲਿਓਂ ਪੁਲ ਪੌੜੀਆਂ ਦੇ ਨੀਚਿਓਂ ਇੱਕ ਮੂੰਗੀਆ ਰੰਗ ਦਾ ਬੈਗ ਮਿਲਿਆ ਜਿਹਦੇ ਵਿੱਚ 3 ਰਾਈਫਲਾਂ ਖੁੱਲ੍ਹੀਆਂ ਹੋਈਆਂ, 12 ਬੋਰ ਮਿਲੀਆਂ ਅਤੇ ਵਿੱਚ 9 ਕਾਰਟਰੇਜ ਸੀ ਅਤੇ ਵਿੱਚੋਂ ਕੋਈ ਵੀ ਕਾਗਜ਼ ਪੱਤਰ ਜਾਂ ਕੋਈ ਲਾਇਸੈਂਸ ਵਗੈਰਾ ਨਹੀਂ ਮਿਲਿਆ, ਜਿਨ੍ਹਾਂ ਬਾਰੇ ਅਸੀਂ ਮੁਕੱਦਮਾ ਦਰਜ ਕਰਤਾ। ਮੁਕੱਦਮਾ ਦਰਜ ਕਰਨ ਤੋਂ ਬਾਅਦ ਦੇ ਵਿੱਚ ਜਿਹੜੀ ਕਾਰਵਾਈ ਅਮਲ ਵਿੱਚ ਲਿਆਵਾਂਗੇ। ਇਹ ਸਿੰਗਲ ਬੋਰ ਰਾਈਫਲ ਆ ਅਤੇ ਸਿੰਗਲ ਬੈਰਲ ਆ, 12 ਬੋਰ ਜਿਹੜੀਆਂ ਆਮ ਆਪਣੀਆਂ 12 ਬੋਰ ਡਬਲ ਬੈਰਲ ਹੁੰਦੀਆਂ ਨੇ, ਇਹ 3 ਰਾਈਫਲਾਂ ਜਿਹੜੀਆਂ ਨੇ ਸਿੰਗਲ ਬੈਰਲ ਨੇ। ਹਾਂਜੀ, ਇੱਥੇ ਕੀ ਫਰਕ ਹੈ ਜੀ, ਇਹਨਾਂ ਕੀ ਫਰਕ ਹੁੰਦਾ? ਉਹ ਡਬਲ ਦੇ ਵਿੱਚ 2 ਰਾਊਂਡ ਫਾਇਰ ਹੁੰਦੇ ਆ, ਇਹਦੇ ਵਿੱਚ 1 ਰਾਊਂਡ ਫਾਇਰ ਹੁੰਦਾ ਵਾ। 1 ਰਾਊਂਡ ਫਾਇਰ ਕਰਨ ਤੋਂ ਬਾਅਦ ਦੇ ਵਿੱਚ ਰਾਊਂਡ ਕੱਢ ਕੇ ਫਿਰ ਦੁਬਾਰਾ ਲੋਡ ਕਰਨਾ ਪੈਂਦਾ। ਇਹਨਾਂ ਨੂੰ ਖੋਲ ਕੇ ਨਾ ਇੱਕ ਇੱਕ ਜਿਹੜੀ ਰਾਈਫਲ ਆ ਉਹਦੇ 2-2, 3-3 ਪੀਸ ਕਰਕੇ ਖੋਲ ਕੇ ਰੱਖੇ ਹੋਏ ਸੀ ਕਿ ਕਿਉਂਕਿ ਏਡੀ ਵੱਡੀ ਰਾਈਫਲ ਜਿਹੜੀ ਬੈਗ ਦੇ ਵਿੱਚ ਆ ਨਹੀਂ ਸਕਦੀ। ਹਾਂਜੀ, ਜਿਹੜੇ ਕਾਰਟ੍ਰਿਜ ਫੜੇ ਗਏ ਉਹ ਕਿਸ ਹਾਲਾਤ 'ਚ ਸੀ? ਇਹ ਜਿੰਦਾ ਹਾਲਾਤ ਵਿੱਚ ਨੇ, 9 ਜਿਹੜੇ ਕੈਡਰਸ ਦੇ ਜਿੰਦਾ ਹਾਲਾਤ ਵਿੱਚ ਮਿਲੇ ਨੇ। ਹਾਂਜੀ, ਅੱਗੋਂ ਫਰਦਰ ਹੁਣ ਕਿਉਂਕਿ ਐਡੇ ਵੱਡੇ ਹਥਿਆਰ 26 ਜਨਵਰੀ ਦੇ ਵੇਲੇ ਮਿਲਨੇ, ਹਾਂਜੀ, ਉਸ ਤੋਂ ਬਾਅਦ ਤੁਸੀਂ ਕੋਈ ਸਿਕਿਉਰਿਟੀ ਹੋਰ ਇਹਨੂੰ ਸਟ੍ਰੈਂਥਨ ਕੀਤੀ ਜਾਂ ਕੀ ਕੀਤਾ ਤੁਸੀਂ? ਅਸੀਂ ਜੀ ਅੱਗੇ ਦੇ ਨਾਲੋਂ ਜਿਹੜੀ ਹਰ ਇੱਕ ਜਗ੍ਹਾ ਦੀ ਜਿਹੜੀ ਚੈਕਿੰਗ ਆ ਉਹ ਅਸੀਂ ਲਗਾਤਾਰ ਜਿਹੜੀ ਜਾਰੀ ਆ। ਰੇਲਵੇ ਸਟੇਸ਼ਨ 'ਤੇ ਆਉਣ ਅਤੇ ਜਾਣ ਵਾਲੀਆਂ ਜਿੰਨੀਆਂ ਵੀ ਹੈਗੀਆਂ ਸਵਾਰੀਆਂ ਉਹ ਅਸੀਂ ਉਹਨਾਂ ਨੂੰ ਅੰਦਰ ਜਦੋਂ ਵੀ ਆਉਣਾ ਵਾ ਉਹਨੂੰ ਚੈੱਕ ਕਰਕੇ, ਪ੍ਰੋਪਰ ਉਹਦਾ ID ਪਰੂਫ ਚੈੱਕ ਕਰਕੇ, ਸਮਾਨ ਚੈੱਕ ਕਰਕੇ ਅੰਦਰ ਜਾਣ ਦਿੰਦਾ। ਅਤੇ ਗੱਡੀ ਦੇ ਵਿੱਚ ਜਾਣ ਤੋਂ ਪਹਿਲਾਂ, ਗੱਡੀ ਨੂੰ ਇੱਥੋਂ ਰਵਾਨਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਗੱਡੀ ਦੀ ਐਂਟੀ ਸਾਬ ਚੈਕਿੰਗ ਜਿਹੜੀ ਆ ਕੀਤੀ ਜਾਂਦੀ ਇੱਕ ਵਾਰੀ। ਦੇਖੋ ਜੀ, ਗੱਲ ਹੈਗੀ ਏਦਾਂ, ਸਾਡੇ ਤੇ ਅਫਸਰਾਂ ਦੇ ਹੁਕਮ ਦੇ ਨਾਲ ਅਸੀਂ ਜੋ ਵੀ ਸਾਨੂੰ ਹੁਕਮ ਮਿਲਦਾ ਅਸੀਂ ਉਸ ਹੁਕਮ ਦੇ ਨਾਲ ਚੈਕਿੰਗ ਜਿਹੜੀ ਆ ਲਗਾਤਾਰ ਸਟੇਸ਼ਨ ਤੇ ਜਾਰੀ ਆ, ਕਿਉਂਕਿ ਹਾਲਾਤ ਜਿਹੜੇ ਆ ਉਹ ਤੁਹਾਡੇ ਸਾਹਮਣੇ ਨੇ ਤੇ ਉਹਦੇ ਸੰਬੰਧ ਵਿੱਚ ਅਸੀਂ ਚੈਕਿੰਗ ਜਿਹੜੀ ਅਸੀਂ ਸਾਡੀ ਚੱਲਦੀ ਰਹਿੰਦੀ ਹੈ। ਕੀ ਲੱਗਦਾ ਕਿ ਇਹਨਾਂ ਹਾਲਾਤਾਂ ਵਿੱਚ ਛੱਡ ਕੇ ਗਏ ਜੀ ਹਥਿਆਰ? ਇਹ ਤਾਂ ਹੁਣ ਫਰਦਰ ਇਹਨਾਂ ਦੇ ਜਿਹੜੇ ਨੰਬਰ ਹੈਗੇ ਆ ਉਹਨਾਂ ਤੋਂ ਉਹਨਾਂ ਦੇ ਐਡਰੈਸ ਵਗੈਰਾ ਕਢਾਏ ਜਾਣਗੇ ਵੀ ਇਹ ਕਿਉਂ ਨੇ, ਕਿਉਂ ਛੱਡ ਕੇ ਗਿਆ ਜਾਂ ਇਹਦੇ ਕਾਰਨ ਕੀ ਹੈਗਾ, ਇਹਦੇ ਬਾਰੇ ਗਾਂਹ ਪਤਾ ਲੱਗੇਗਾ ਜਦੋਂ ਇਹਨਾਂ ਦੇ ਨੰਬਰ ਤੋਂ ਐਡਰੈਸ ਪਰੂਫ ਹੋਣਗੇ ਨਿਕਲ। ਬਿਲਕੁਲ ਜੀ, ਇਹ ਨਹੀਂ ਜੀ, ਓਦਾਂ ਦੀ ਕੋਈ ਨਹੀਂ ਆਈ, ਇਹ ਸਾਰੇ ਖੰਗਾਲੇ ਆ ਜਿਹੜੇ ਸਾਡੇ 16 ਕੈਮਰੇ ਲੱਗੇ ਆ ਸਟੇਸ਼ਨ ਦੇ ਉੱਤੇ, ਉਹਨਾਂ ਦੇ ਵਿੱਚ ਸਾਰੀ ਚੈਕਿੰਗ ਕੀਤੀ ਆ, ਲੇਕਿਨ ਉਹਦੇ ਵਿੱਚ ਸਾਨੂੰ ਤਾਂ ਕੋਈ ਇਹੋ ਜਿਹੀ ਚੀਜ਼ ਲੱਗੀ ਨਹੀਂ। ਹਾਂਜੀ ਹਾਂਜੀ, ਪਲੇਟਫਾਰਮ ਨਵਾਂ ਬਣਿਆ ਉੱਥੇ ਕੈਮਰਾ ਨਹੀਂ ਲੱਗਾ, ਲੇਕਿਨ 3-4 ਜਿਹੜੇ 5 ਹੈਗੇ ਆ ਉਹਨਾਂ ਦੇ ਉੱਤੇ ਲੱਗੇ ਆ, ਉਹਨਾਂ ਦੇ ਚੈੱਕ ਕੀਤੇ ਆ, ਪਰ ਉਹਨਾਂ ਦੇ ਵਿੱਚ ਕੋਈ ਸਾਹਮਣੇ ਨਹੀਂ ਆਈ।